ਅਮਰਜੀਤ ਬੈਸ ਵੱਲੋਂ ਲਗਾਤਾਰ ਬਿਨਾਂ ਮਾਸਕ ਦੇ ਪਬਲਿਕ ਥਾਵਾਂ ਤੇ ਘੁੰਮਣ ਅਤੇ ਸੰਬੋਧਨ ਕਰਨ ਤੇ ਹੁਣ ਉਹਨਾਂ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਸਿਮਰਜੀਤ ਬੈਸ ਦੀ ਸ਼ਿਕਾਇਤ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਕੀਤੀ ਗਈ ਹੈ। ਉਹਨਾਂ ਸ਼ਿਕਾਇਤ ਵਿੱਚ ਕਿਹਾ ਕਿ ਬੈਸ ਸਰਕਾਰ ਵੱਲੋਂ ਜਾਰੀ ਕੀਤੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਅਤੇ ਇਹ ਅਫਵਾਹ ਫੈਲਾ ਰਹੇ ਨੇ ਕਿ ਮਾਸਕ ਲਗਾਉਣ ਨਾਲ ਕੁਝ ਨਹੀਂ ਹੁੰਦਾ। ਦੱਸ ਦਈਏ ਕਿ ਲੁਧਿਆਣਾ ਡਿਵੀਜ਼ਨ ਨੰਬਰ 8 ਦੇ ਵਿੱਚ ਸਿਮਰਜੀਤ ਬੈਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਡਿਜ਼ਾਸਟਰ ਮੈਨੇਜਮੈਂਟ ਐਕਟ ਤੋਂ ਇਲਾਵਾ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਲੋਕਾਂ ਵਿੱਚ ਅਫਵਾਹ ਫੈਲਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਫਸਰ ਨੇ ਦੱਸਿਆ ਕਿ ਸਿਵਲ ਸਰਜਨ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿਮਰਜੀਤ ਬੈਸ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਕਿਉਂਕਿ ਬੀਤੇ ਦਿਨੀ ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ ਉਹ ਬਿਨਾਂ ਮਾਸਕ ਦੇ ਘੁੰਮ ਰਹੇ ਸਨ ਅਤੇ ਲੋਕਾਂ ਨੂੰ ਇਹ ਵੀ ਕਹਿ ਰਹੇ ਸਨ ਕਿ ਮਾਸਕ ਲਗਾਉਣ ਨਾਲ ਕੁਛ ਨਹੀਂ ਹੁੰਦਾ। ਸਾਡੇ ਵੱਲੋਂ ਸਿਵਲ ਸਰਜਨ ਲੁਧਿਆਣਾ ਸ਼੍ਰੀ ਰਜੇਸ਼ ਬੱਗਾ ਜੀ ਵੱਲੋਂ ਇਹ ਦਰਖਾਸਤ ਸਾਨੂੰ ਮਸੂਲ ਹੋਈ ਸੀ ਕਿ MLA ਸਾਹਿਬ ਸ਼੍ਰੀ ਸਿਮਰਜੀਤ ਸਿੰਘ ਬੈਂਸ ਦੁਆਰਾ ਇੱਕ DMC ਦੇ ਬਾਹਰ ਇੱਕ ਪ੍ਰੋਗਰਾਮ ਜਿਹਾ ਕੀਤਾ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਮਾਸਕ ਨਾ ਪਾਇਆ ਜਾਵੇ ਅਤੇ ਇਸ ਕਰਕੇ ਉਹਨਾਂ ਦੀ ਜਿਹੜੀ ਕੰਪਲੇਂਟ ਸੀਗੀ ਉਹਦੇ ਉੱਪਰ ਅਸੀਂ ਪ੍ਰੀਲਿਮਨਰੀ ਜਿਹੜੀ ਹੈ FIR ਰਜਿਸਟਰ ਕੀਤੀ ਹੈ। ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਜੀ। ਇਹਦੇ ਅੰਡਰ ਸੈਕਸ਼ਨ 188(51) ਡਿਜ਼ਾਸਟਰ ਮੈਨੇਜਮੈਂਟ ਐਕਟ, ਸੈਕਸ਼ਨ 269 ਅਤੇ 505 IPC ਤਹਿਤ ਕੇਸ ਰਜਿਸਟਰ ਕੀਤਾ। 505 ਦੇ ਵਿੱਚ ਬੇਸਿਕਲੀ ਇਹ ਚੀਜ਼ ਹੁੰਦੀ ਹੈ ਜੀ ਕਿ ਤੁਸੀਂ ਪਬਲਿਕ ਨੂੰ ਕੋਈ ਵੀ ਚੀਜ਼, ਆਪਾਂ ਜਿਹੜੀ ਕਿ ਸਟੇਟ ਗਵਰਨਮੈਂਟ ਦਾ ਕਿਸੇ ਆਫਿਸਰ ਦਾ ਆਰਡਰ ਹੈਗਾ ਉਹਦੇ ਅਗੇਂਸਟ ਆਪਾਂ ਪਬਲਿਕ ਦੇ ਮਾਇੰਡ ਵਿੱਚ ਫੀਅਰ ਪੈਦਾ ਕਰਨਾ, ਉਹ 505 ਦੇ ਅੰਡਰ ਕਵਰ ਹੁੰਦਾ। ਦੱਸ ਦਈਏ ਕਿ ਸ਼ਨੀਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਸ ਲੁਧਿਆਣਾ ਦੇ ਬਹੁਤ ਚਰਚਿਤ ਹਸਪਤਾਲ ਦਯਾਨੰਦ ਮੈਡੀਕਲ ਕਾਲਜ ਪਹੁੰਚੇ ਸਨ, ਜਿੱਥੇ ਉਹਨਾਂ ਦੁਆਰਾ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉੱਡਦੀ ਹੋਈ ਦਿਖਾਈ ਦਿੱਤੀਆਂ ਸਨ। ਉਹਨਾਂ ਕਿਹਾ ਸੀ ਕਿ ਕੋਰੋਨਾ ਨੂੰ ਹਊਆ ਬਣਾ ਕੇ ਸਿਆਸੀ ਲੀਡਰ ਆਪਣੀਆਂ ਰੋਟੀਆਂ ਸੇਕ ਰਹੇ ਨੇ। ਬੈਸ ਅਤੇ ਉਹਨਾਂ ਦੇ ਸਮਰਥਕ ਬਿਨਾਂ ਮਾਸਕ ਦੇ ਘੁੰਮਦੇ ਵਿਖਾਈ ਦਿੱਤੇ ਸਨ, ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ब्यूरो रिपोर्ट, स्काई न्यूज़ पंजाब।